ओम शांति ਅੱਜ ਸਣ 27 7 2022 ਦੇ ਸਾਕਾਰ ਬਾਪ ਤਾਤਾ ਜੀ ਦੇ ਮਹਾਵਾਕ ਅੱਜ ਬਾਪ ਤਾਤਾ ਜੀ ਨੇ ਆਖਿਆ ਮਿੱਠੇ ਬੱਚੇ ਤੁਹਾਨੂੰ ਹੁਣ ਆਸੂਰੀ ਅਵਗੁਣ ਕੱਢ ਕੇ ਈਸ਼ਵਰੀਏ ਕੁਣ ਧਾਰਨ ਕਰਨੇ ਸਣ ਬਾਪ ਤੋਂ ਆਪਣੇ 21 ਜਨਮ ਦਾ ਸਵਰਾਜ ਲੈਣਾ ਸਣ ਅੱਜ ਦਾ ਪ੍ਰਸ਼ਨ ਹੈਗਾ ਬਾਪ ਨੇ ਕਿਹੜੀ ਐਕਟ ਚਲਾਈਏ ਜਿਹੜੀ ਤੁਸੀਂ ਬੱਚਿਆਂ ਵਿੱਚ ਵੀ ਹੋਣੀ ਚਾਹੀਦੀ ਏ ਉੱਤਰ ਹੈਗਾ ਬਾਪ ਜੀ ਦੀ ਐਕਟ ਸਨ ਸਾਰਿਆਂ ਨੂੰ ਗਿਆਨ ਅਤੇ ਯੋਗ ਸਖਾਣ ਦੀ ਅਈਓ ਐਕਟ ਤੁਹਾਡੇ ਬੱਚਿਆਂ ਨੂੰ ਵੀ ਕਰਨੀ ਏ ਪਤਿਤਾ ਨੂੰ ਪਾਵਨ ਬਣਾਣਾ ਏ ਤੁਹਾਡਾ ਤੰਦਾਈ ਹੈਗਾ ਰੂਹਾਨੀ ਸੇਵਾ ਕਰਨ ਦਾ ਕਈ ਕਈ ਬੱਚੇ ਸਰੀਰ ਛੱਡ ਕੇ ਜਾਂਦੇ ਸਨ ਫਿਰ ਨਵਾਂ ਸਰੀਰ ਲੈ तो कर दिन दिन फिर तो मेहनत हाँ करते सन दिन प्रतिदिन दिन फिर थोड़ी सर्विस भी बदती जाएगी अज का गीत हैगा ओम नमो शिवाय, ओम शांति यह गीत बड़े शोभते सन क्योंकि यह उच्चे ते उच्चे शिव बाबा जी की महिमा सन रुद्र बाबा नहीं शिव बाबा आखते सन शिव अ रुद्र बाबा सही सन फिर भी शिव बाबा कहना ਚੰਗਾ ਲੱਗਦਾ ਏ ਤੁਸੀਂ ਵੀ ਸ਼ਰੀਰ ਲੈ ਬੈਠੇ ਹੋ ਬਾਪ ਬ੍ਰਹਮਾ ਦੁਆਰਾ ਸਾਨੂੰ ਸਮਝਾ ਰਹੇ ਸਣ ਨਹੀਂ ਤਾਂ ਸ਼ਿਵ बाबा ਬੋਲ ਕਿਵੇਂ ਸਕਦੇ ਨੇ ਉਹ ਚੇਤਨ ਸਣ ਸਤ ਸਣ ਗਿਆਨ ਦਾ ਸਾਗਰ ਸਣ ਗਿਆਨ ਜ਼ਰੂਰ ਸੁਣਾਣਗੇ ਨਾ ਆਪਣਾ ਪਰਿਚੈ ਦੇਣ ਇਹ ਵੀ ਤਾਂ ਗਿਆਨ ਹੋਇਆ ਫਿਰ ਰਚਨਾ ਦੇ ਆਦ ਮਦ ਅੰਤ ਦਾ ਗਿਆਨ ਅਰਥਾਰਥ ਸਮਝਾਣੀ ਵੀ ਦਿੰਦੇ ਸਣ ਐਸ ਨੂੰ ਹੀ ਗਿਆਨ ਆਖਦੇ ਸਨ ਕਿਸ ਦੀ ਸਮਝਾਣੀ ਇਹ ਗਿਆਨ ਦੇਣਾ ਏ ਸੋ ਵੀ ਈਸ਼ਵਰ ਦੀ ਸਮਝਾਣੀ ਵੀ ਗਿਆਨ ਹੈਗੀ ਸੋ ਤਾਂ ਈਸ਼ਵਰ ਖੁਦ ਹੀ ਆ ਕੇ ਆਪਣਾ ਪਰਿਚੈ ਦਿੰਦੇ ਸਨ ਅੰਗਰੇਜ਼ੀ ਵਿੱਚ ਵੀ ਕਹਿੰਦੇ ਸਨ ਫਾਦਰ ਸ਼ੋਜ਼ ਸਨ ਬਾਪ ਆ ਕੇ ਆਪਣਾ ਅਤੇ ਸ੍ਰਿਸ਼ਟੀ ਦੇ ਆਦਮਦ ਅੰਤ ਦਾ ਪਰਿਚੈ ਦਿੰਦੇ ਸਨ ॠषि मुनि ਆਦੀ ਸਭ ਆਖਦੇ ਸਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ ਹੁਣ ਬਾਪ ਨੇ ਸਮਝਾਇਆ ਏ ਤਾਂ ਸਮਝ ਜਾਂਦੇ ਆ ਇਹ ਗਿਆਨ ਔਰ ਕੋਈ ਵੀ ਦੇ ਨਹੀਂ ਸਕਦਾ ਜਿਸ ਗਿਆਨ ਤੋਂ ਮਨੁੱਖ ਉੱਚ ਤੇ ਉੱਚ ਪਦ ਪਾਉਂਦੇ ਸਨ ਜ਼ਰੂਰ ਉੱਚੇ ਤੇ ਉੱਚਾ ਪਦ ਸਨ ਦੇਵੀ ਦੇਵਤਾਵਾਂ ਦਾ ਹੁਣ ਤੁਸੀਂ ਬੱਚੇ ਜਾਣਦੇ ਹੋ ਅਖੰਡ ਅਟਲ ਪਵਿੱਤਰਤਾ ਸੁਖ ਸ਼ਾਂਤੀ ਸੰਪਤੀ ਹੀ ਸਾਡਾ ਈਸ਼ਵਰੀਏ ਜਨਮ ਸਿੱਧ ਅਧਿਕਾਰ ਹੈ ਜੋ ਫਿਰ ਤੋਂ ਚੱਲ ਰਿਹਾ ਏ ਈਸ਼ਵਰੀਏ ਜਨਮ ਸੇ ਦਾ ਅਧਿਕਾਰ ਸੁਖਧਾਮ ਅਤੇ ਆਸੂਰੀ ਜਨਮ ਸੇ ਦਾ ਅਧਿਕਾਰ ਦੁਖਧਾਮ ਵਿੱਚ ਹੁੰਦਾ ਏ 라ਵਣ ਦੁਆਰਾ ਅਸੀਂ ਜਦੋਂ ਪਤਿਤ ਬਣਦੇ ਹਾਂ ਤਾਂ ਹੀ ਬਾਪ ਆ ਕੇ ਸਾਨੂੰ ਪਾਵਨ ਬਣਾਉਂਦੇ ਸਨ 라ਵਣ ਤੋਂ ਵਰਸਾ ਮਿਲਦਾ ਏ ਪਤਿਤ ਬਨਣ ਦਾ ਫਿਰ ਪਤਿਤ ਪਾਵਨ ਇੱਕ ਪਰਮ ਪਿਤਾ ਪਰਮਾਤਮਾ ਰਾਮ ਨੂੰ ਆਖਦੇ ਸਨ ਇਹ ਕਿਸ ਨੂੰ ਵੀ ਪਤਾ ਨਹੀਂ ਕਿ ਰਾਵਣ ਆਦਾ ਕਲਪ ਦਾ ਸਾਡਾ ਬਹੁਤ ਪੁਰਾਣਾ ਦੁਸ਼ਮਨ ਹੈਗਾ ਭਾਰਤ ਦਾ ਸਭ ਤੋਂ ਪੁਰਾਣਾ ਦੁਸ਼ਮਨ ਇਹ ਆਖਦੇ ਸਣ ਰਾਮ ਰਾਜ ਚਾਹੀਦਾ ਏ ਅਰਥਾਤ ਕਿ ਰਾਵਣ ਰਾਜ ਨਹੀਂ ਹੋਣਾ ਚਾਹੀਦਾ ਪਰੰਤੂ ਆਪਣੇ ਆਪ ਨੂੰ ਪਤਿਤ ਅਤਵੇ अथवा ਰਾਵਣ ਤਾਂ ਸਮਝਦੇ ਹੀ ਨਹੀਂ ਹੁਣ ਤਾਂ ਆਸਰੀ ਸੰਪਰਦਾਏ ਬਦਲ ਦੇਵੀ ਸੰਪਰਦਾਏ ਬਣ ਰਹੀ ਹੈ ਤੁਸੀਂ ਇੱਥੇ ਆਏ ਹੀ ਹੋ ਆਸਰੀ ਅਬ ਗੁਣਾ ਨੂੰ ਕੱਢ ਕੇ ਈਸ਼ਵਰੀਏ ਗੁਣ ਧਾਰਨ ਕਰਨ ਦੇ ਲਈ ਈਸ਼ਵਰੀਏ ਗੁਣ ਧਾਰਨ ਕਰਾਉਣ ਵਾਲਾ ਤਾਂ ਇੱਕ ਬਾਪ ਹੀ ਸਨ ਤੁਸੀਂ ਜਾਣਦੇ ਹੋ ਹੁਣ ਅਸੀਂ ਆਏ ਹਾਂ ਬੇਹਦ ਦੇ ਬਾਪ ਕੋਲੋਂ ਫਿਰ ਤੋਂ ਆਪਣਾ ਜਨਮ ਸੇ ਦਾ ਅਧਿਕਾਰ 21 ਜਨਮਾਂ ਦੇ ਲਈ ਪ੍ਰਾਪਤ ਕਰਨ ਦੇ ਲਈ ਅਸੀਂ ਇੱਥੇ ਬੈਠੇ ਹੀ ਹਾਂ ਸੂर्यਵੰਸ਼ੀ ਚੰਦਰਵੰਸ਼ੀ ਸਵਰਾਜ ਪਾਣ ਦੇ ਲਈ ਜਿਹੜੇ ਸਵਰਾਜ ਤੁਸੀਂ ਕਲਪ ਕਲਪ ਪਾਉਂਦੇ ਆਏ ਹੋ ਗਵਾਂਦੇ ਵੀ ਆਏ ਹੋ ਫੇਰ ਪੰਦੇ ਹੋ ਇਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੁੱਧੀ ਵਿੱਚ ਰਹਿਣੀਆਂ ਚਾਹੀਦੀਆਂ ਨੇ ਹੁਣ ਬਾਪ ਆਖਦੇ ਸਨ ਵਿਰਸਾ ਲੈਣ ਵਾਲੇ ਬੱਚਿਆਂ ਨੂੰ ਬਾਪ ਨੂੰ ਤਾਂ ਯਾਦ ਕਰਨਾ ਹੀ ਪਵੇਗਾ ਇਹ ਤਾਂ ਬੁੱਧੀ ਵਿੱਚ ਆਣਾ ਹੀ ਚਾਹੀਦਾ ਹੈ ਹੁਣ ਅਸੀਂ ਮਾਂ-ਬਾਪ ਦੇ ਸੱਮੁਖ ਬੈਠੇ ਸਾਂ ਵਿਰਸਾ ਲੈਣ ਦੇ ਲਈ ਉਹ ਬ੍ਰਹਮਾ ਮੁਖ ਤੋਂ ਸਾਨੂੰ ਆ ਕੇ ਸੁਣਾਉਂਦੇ ਸਨ ਜਿਹੜੇ ਗੋਦ ਲੈਂਦੇ ਸਨ ਉਹ ਜ਼ਰੂਰ ਬ੍ਰਾਹਮਣ ਅਖਹਲਾਣਗੇ ਇਹ ਗਿਆਨ ਯਗਸਣ ਫਿਰ ਯਗ ਆਖੋ ਜਾਂ ਪਾਡਸ਼ਾਲਾ ਆਖੋ ਇੱਕ ਹੀ ਗੱਲ ਹੈ ਇਹ ਜਦੋਂ ਰੁਦਰ ਗਿਆਨ ਯਗ ਰਚਦੇ ਸਨ ਤਾਂ ਪਾਡਸ਼ਾਲਾ ਵੀ ਬਣਾ ਦਿੰਦੇ ਸਨ ਇੱਕ طرف ਵੇਦ ਸ਼ਾਸਤਰ ਆਦੀ ਇੱਕ طرف ਗੀਤਾ ਰਾਮਾਇਣ ਫਿਰ ਇੱਕ طرف ਆਕੇ ਬਾਪ ਜਿਹੜਾ ਗਿਆਨ ਸੁਣਾਉਂਦੇ ਸਨ ਉਹ ਹੋ ਸਨ ਜਿਸ ਨੂੰ ਰਾਮਾਇਣ ਸੁਣਾਇਆ ਉਸ ਤੋਂ ਸਭ ਤਰਫ ਜਾ ਕੇ ਸੁਣਨ ਜਿਸ ਨੂੰ ਜਿਸ ਨੂੰ ਗੀਤਾ ਸੁਣਨੀ ਹੈ ਉਹਨਾਂ ਕੋਲ ਜਾ ਕੇ ਵੀ ਸੁਣਾਓ ਇਹ ਰੁਦਰ ਗਿਆਨ ਯੱਗ ਸਣ ਜਿਸ ਵਿੱਚ ਸਭ ਕੁਝ ਸਵਾਹਾ ਹੋਣਾ ਹੈ ਸ੍ਰਿਸ਼ਟੀ ਦਾ ਅੰਤ ਸਣ ਤਾਂ ਸਾਰੇ ਯੱਗਾ ਦਾ ਵੀ ਅੰਤ ਸਣ ਗਿਆਨ ਯੱਗ ਤਾਂ ਇੱਕ ਹੀ ਹੁੰਦਾ ਹੈ ਬਾਕੀ ਜਿਹੜੇ ਅਨੇਕ ਪ੍ਰਕਾਰ ਦੇ ਯੱਗ ਸਣ ਉਹ ਸਣ ਮਟੀਰੀਅਲ ਯੱਗ ਜਿਸ ਵਿੱਚ ਤਿੱਲ ਜੋ ਆਦ ਦੀ ਸਮਗਰੀ ਪਾਈ ਜਾਂਦੀ ਏ ਐਸਨ ਬੇਹੱਦ ਦਾ ਯੱਗ ਜਿਸ ਵਿੱਚ ਸਭ ਕੁਝ ਸਵਾਹ ਹੋ ਜਾਣਾ ਏ ਫਿਰ ਤੋਂ ਨਵੀਂ ਪਦਾਇਸ਼ ਹੋਵੇਗੀ ਅਸੀਂ ਦੁੱਖ ਦੇਣ ਵਾਲੀ ਚੀਜ਼ਾਂ ਉੱਥੇ ਕੋਈ ਹੁੰਦੀਆਂ ਹੀ ਨਹੀਂ ਇੱਥੇ ਤਾਂ ਦੇਖੋ ਕਿੰਨੀ ਦੁੱਖ ਦੇਣ ਵਾਲੀਆਂ ਚੀਜ਼ਾਂ ਨਿਕਲ ਪਈਆਂ ਨੇ ਡਰਾਮਾ ਵਿੱਚ ਅਯੋਜੀ ਹੀ ਨੋਂਦ ਸਨ ਜਿਵੇਂ ਮਨੁੱਖ ਉਵੇਂ-ਉਵੇਂ ਕਿਸਮ-ਕਿਸਮ ਦੇ ਦੁੱਖ ਨਿਕਲਦੇ ਰਹਿੰਦੇ ਨੇ ਐਸ ਨੂੰ ਹੀ ਆਖਦੇ ਸਣ ਦੁਖਧਾਮ ਸ਼ੋਕ ਵਾਟਿਕਾ ਮਨੁੱਖ ਦੁਖੀ ਸਣ ਕਿਉਂਕਿ 라ਵਣ ਰਾਜੇ राम राज ਵਿੱਚ 라ਵਣ ਹੁੰਦਾ ਨਹੀਂ ਇਸ ਲਈ ਉਥੇ ਸੁਖ ਹੁੰਦਾ ਹੈ ਅੱਧਾ ਕਲਪ ਸਣ ਸੁਖਧਾਮ ਤੇ ਅੱਧਾ ਕਲਪ ਸਣ ਦੁਖਧਾਮ राम निराकार ਪਰਮ ਪਿਤਾ ਪਰਮਾਤਮਾ ਨੂੰ ਆਖਦੇ ਸਣ ਇੱਕ ਹਨ ਰੁਦਰ ਮਾਲਾ ਨੀਰਾਕਾਰੀ ਆਤਮਾਵਾਂ ਦੀ ਦੂਜੀ ਇਹ ਵਿਸ਼ਨੂ ਦੀ ਮਾਲਾ ਉੱਥੇ ਰਾਜਾਈ ਦੀ ਹਿਮਾਲਾ ਹੁੰਦੀ ਹੈ ਫਿਰ ਇੱਥੇ ਨੰਬਰ ਬਾ ਰਾਜ ਕਰਦੇ ਸਨ ਐ ਤੁਸੀਂ ਬੱਚਿਆਂ ਨੂੰ ਚੰਗੀ ਰੀਤੀ ਸਮਝਣਾ ਤੇ ਸਮਝਾਣਾ ਹੈ ਜਿੰਨਾ ਜਿੰਨਾ ਸਮਾਂ ਬੀਤਦਾ ਜਾਵੇਗਾ ਉਨਾਂ-ਉਨਾਂ ਗਿਆਨ ਵੀ ਛੋਟ ਹੁੰਦਾ ਜਾਏਗਾ ਬਾਪ ਨੇ ਸਮਝਾਇਆ ਪਵਿੱਤਰ ਦੇਵਤਾ ਕਦੇ ਵੀ ਅਪਵਿੱਤਰ ਦੁਨੀਆ ਵਿੱਚ ਪੈਰ ਨਹੀਂ ਰੱਖਦੇ ਤੁਸੀਂ ਲక్ష్ਮੀ ਨੂੰ ਤੋਂ ਧਨ ਮੰਗਦੇ ਹੋ ਪਰੰਤੂ ਲక్ష్ਮੀ ਵੀ ਧਨ ਕਿੱਥੋਂ ਲਿਆਵੇਗੀ ਇੱਥੇ ਵੀ ਮੰਮਾ ਹੈਗੀ ਬਾਪ ਤੋਂ ਧੰਨ ਲੈਂਦੀ ਏ ਇੱਥੇ ਸਰਸਵਤੀ ਨਾਲ ਬ੍ਰਹਮਾ ਵੀ ਸਣ ਉੱਥੇ ਵੀ ਫਿਰ ਦੋਵੇਂ ਜ਼ਰੂਰ ਚਾਹੀਦੀ ਏ ਨਿਸ਼ਾਨੀ ਤਾਂ ਹੋਣੀ ਚਾਹੀਦੀ ਏ ਨਾ ਤਾਂ ਜ਼ਰੂਰ ਵਰਸਾ ਸ਼ਿਬਾਬਾ ਤੋਂ ਮਿਲੇਗਾ ਉਹ ਹੀ ਉਹ ਸਨ ਆ ਕੇ ਰਾਜਯੋਗ ਸਿਖਾਉਂਦੇ ਸਨ ਸਮਝਾ ਕੇ ਫਿਰ ਲਿਖਾ ਦਿੰਦੇ ਲਿਖਾ ਲੈਣਾ ਚਾਹੀਦਾ ਏ ਇੱਕ ਦਿਨ ਵਿੱਚ ਕੋਈ ਅਚੰਗਾ ਸਮਝ ਸਕਦੇ ਸਨ ਇਵੇਂ ਤਿੱਖੇ ਨਿਕਲਣਗੇ ਜੇ ਫਿਰ ਬਹੁਤ ਗਲਪ ਵੀ ਕਰ ਲੈਣਗੇ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਪਿਆਰ ਨਾਲ ਬਾਪ ਨੂੰ ਯਾਦ ਕਰ ਆਤਮ ਬਮਾ ਨਿਬਰਣ ਦੀ ਮਿਹਨਤ ਕਰਨੀ ਸੰ ਯਾਦ ਦੇ ਬਲ ਤੋਂ ਵਿਕਾਰਾਂ ਨੂੰ ਕੱਢ ਦੇਣਾ ਏ ਉਹਨਾਂ ਦੀ ਜਿਹੜੀ ਕਟ ਚੜੀ ਹੋਈ ਏ ਉਹ ਵੀ ਉਤਾਰ ਦੇਣੀ ਘਰ ਕਰਸਤ ਵਿੱਚ ਰਹਿਣਿਆ ਕਮਲ ਫੁੱਲ ਸਮਾਨ ਬਨਣ ਦਾ ਕੋਰਸ ਜ਼ਰੂਰ ਉਠਾਣਾ ਪਵੇ ਹਰ ਇੱਕ ਦੀ ਰੱਗ अथवा ਲਗਣ ਵੇਖ ਕੇ ਗਿਆਨ ਦੇਣਾ ਏ ਅੱਜ ਦਾ ਵਰਦਾਨ ਹੈਗਾ ਸਿੱਖषक ਬਣਨ ਦੇ ਨਾਲ ਰਹਿਮਦਿਲ ਦੀ ਭਾਵਨਾ ਦੁਆਰਾ ਸ਼ਮਾ ਕਰਨ ਵਾਲੇ ਮਾਸਟਰ ਮਰਸੀ ਫੁੱਲਪਵ ਸਾਰਿਆਂ ਦੀ ਦੁਆਵਾਂ ਲੈਣੀਆਂ ਸਨ ਤਾਂ ਸਿੱਖषक ਬਣਨ ਦੇ ਨਾਲ ਨਾਲ ਮਾਸਟਰ ਮਰਸੀ ਫੁੱਲ ਵੀ ਬਣੋ ਰਹਿਮਦਿਲ ਬਣੋ ਸ਼ਮਾ ਕਰੋ ਇਹ ਸ਼ਮਾ ਕਰਨਾ ਕਰਨਾ ਸਿੱਖਿਆ ਦੇਣਾ ਹੀ ਹੋ ਜਾਵੇਗਾ ਸਿਰਫ ਸਿੱਖषक ਨਹੀਂ ਬਣੋ ਸ਼ਮਾ ਵੀ ਕਰਨਾ ਹੈ ਐਨ ਸੰਸਕਾਰਾਂ ਨਾਲ ਸਾਰਿਆਂ ਦੀਆਂ ਦੁਆਵਾਂ ਲੈ ਵੀ ਸਕੋਗੇ ਦੇ ਵੀ ਸਕੋਗੇ ਸਾਰਿਆਂ ਦੀਆਂ ਦੁਆਵਾਂ ਦੇਣ ਦੇ ਸੰਸਕਾਰ ਪੱਕੇ ਕਰੋ ਤਾਂ ਹੀ ਉਹ ਤੁਹਾਡੇ ਜੜ ਚਿੱਤਰਾਂ ਤੋਂ ਸਾਰੇ ਦੁਆਵਾਂ ਲੈਂਦੇ ਰਹਿਣਗੇ ਇਸ ਲਈ ਹਰ ਕਦਮ ਸ਼੍ਰੀਮਤ ਪਰਮਾਨ ਚਲਦੇ ਰਹੋ ਤਾਂ ਦੁਆਵਾਂ ਦਾ ਖਜ਼ਾਨਾ ਜਮ੍ਹਾਂ ਹੁੰਦਾ ਰਹੇਗਾ ਨਾਲੇ ਵਧਦਾ ਵੀ ਜਾਵੇਗਾ ਅੱਜ ਦਾ ਸਲੋਗਨ ਹੈਗਾ ਜਿਨ੍ਹਾਂ ਦੀ ਝੋਲੀ ਪਰਮਾਤਮ ਦੁਆਵਾਂ ਨਾਲ ਭਰੀ ਹੁੰਦੀ ਏ ਉਹਨਾਂ ਦੇ ਕੋਲ ਕਦੇ ਮਾਇਆ ਆ ਨਹੀਂ ਸਕਦੀ ਜਿਨ੍ਹਾਂ ਦੀ ਝੋਲੀ ਮਾਇਆ ਪਰਮਾਤਮਾ ਦੀ ਦੁਆਵਾਂ ਨਾਲ ਭਰਪੂਰ ਹੁੰਦੀ ਏ ਭਰੀ ਰਹਿੰਦੀ ਏ ਉਹਨਾਂ ਦੇ ਕੋਲ ਕਦੇ ਵੀ ਮਾਇਆ ਆ ਨਹੀਂ ਸਕਦੀ ਓਮ ਸ਼ਾਂਤੀ